ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਭਾਰੀ ਬਰਸਾਤ ਵਿੱਚ ਵੀ ਬਟਾਲਾ ਰੇਲਵੇ ਟਰੈਕ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ ਕੀਤਾ ਹੋਇਆ ਤੇ ਇਹਦੇ ਨਾਲ 22 ਟ੍ਰੇਨਾਂ ਪ੍ਰਭਾਵਿਤ ਹੋਈਆਂ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਨ ਵੀ ਦਬਾ ਲਓ। ਬਟਾਲਾ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵੱਲੋਂ ਬਟਾਲਾ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ। ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਜਾਰੀ ਰਿਹਾ। ਜਥੇਬੰਦੀ ਦੇ ਆਗੂ ਸਵਰਨ ਸਿੰਘ ਪੰਧੇਰ ਵੀ ਮੌਜੂਦ ਰਹੇ। ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਦੇ ਪੁਖਤਾ ਇੰਤਜ਼ਾਮ ਕੀਤੇ ਨੇ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੂਰੇ ਪੰਜਾਬ ਦੇ ਵਿੱਚ 3 ਘੰਟਿਆਂ ਲਈ ਰੇਲਵੇ ਟਰੈਕ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਕੇਂਦਰ ਸਰਕਾਰ ਨੇ ਜੋ ਵਾਅਦੇ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਸਨ ਉਸਦੇ ਖਿਲਾਫ ਕੀਤਾ ਗਿਆ ਸੀ। ਪਰ ਬਟਾਲਾ ਵਿਖੇ ਜੋ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹੈ, ਜਿਸ ਵਿੱਚ ਜੋ 3 ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ ਉਹਨਾਂ ਵਾਸਤੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕਸਾਰ ਨਹੀਂ ਦਿੱਤਾ ਜਾ ਰਿਹਾ। ਦੂਸਰੇ ਜ਼ਿਲ੍ਹੇ ਨਾਲ ਸੰਬੰਧਿਤ ਜੋ ਕਿਸਾਨ ਧਰਨੇ ਦੌਰਾਨ ਸ਼ਹਾਦਤਾਂ ਪਾ ਗਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਨਾ ਹੀ ਗੰਨੇ ਦੀ ਪੇਮੈਂਟ ਜੋ 15 ਦਿਨ ਦੇ ਵਿੱਚ ਦਿੱਤੀ ਜਾਣੀ ਸੀ 40 ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਦਿੱਤੀ ਜਾ ਰਹੀ। ਗੰਨੇ ਦਾ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰੱਖਿਆ ਗਿਆ ਹੈ, ਉਸ ਵਿੱਚ 330 ਰੁਪਏ ਗੰਨਾ ਮਿਲ ਨੇ ਦੇਣੇ ਹੁੰਦੇ ਹਨ ਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ। ਅਜੇ ਤੱਕ ਉਹ ਵੀ ਸਾਡੀ ਮੰਗ ਪੂਰੀ ਨਹੀਂ ਹੋਈ ਕਿਉਂਕਿ ਅਸੀਂ ਕਿਹਾ ਸੀ ਕਿ 380 ਰੁਪਏ ਇੱਕੋ ਵਾਰੀ ਹੀ ਮਿਲਣੇ ਚਾਹੀਦੇ ਹਨ। ਇਹ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਬਟਾਲਾ ਸਟੇਸ਼ਨ ਤੇ ਬਟਾਲਾ ਪਠਾਨਕੋਟ ਰੇਲਵੇ ਟਰੈਕ ਜਾਮ ਕਰ ਰੱਖਿਆ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ, ਉਹਨਾਂ ਵਿਸ਼ਵਾਸ ਦਵਾਇਆ ਸੀ ਕਿ ਉਹ ਸਰਕਾਰ ਨਾਲ ਚੰਡੀਗੜ੍ਹ ਵਿਖੇ ਇਹਨਾਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਨਗੇ ਤੇ ਹੱਲ ਕੱਢਣਗੇ। ਜਦੋਂ ਤੱਕ ਹੱਲ ਨਹੀਂ ਨਿਕਲਦਾ ਇਹ ਰੇਲਵੇ ਟਰੈਕ ਇਸੇ ਤਰ੍ਹਾਂ ਜਾਮ ਰਹੇਗਾ। ਜਿਹੜਾ ਸਾਡਾ ਸੰਘਰਸ਼ ਜਿਹੜਾ ਰੇਲਾਂ ਦੇ ਅਸੀਂ ਦੱਬੀਆਂ ਰੇਲਾਂ ਸਟੇਸ਼ਨ ਤੇ ਜਾਮ ਉਹਦੇ ਵਿੱਚ ਆ ਵੀ ਐਲਾਨ ਸੀਗਾ ਕਿ 3 ਘੰਟੇ ਜਿਹੜਾ ਪੰਜਾਬ ਦੇ ਵਿੱਚ ਲਾਣ ਆ, ਪਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਸਟੇਸ਼ਨ ਰੋਕਿਆ ਉਹਦੇ ਵਿੱਚ ਆ ਵੀ ਸਾਡੀਆਂ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਮੰਗਾਂ ਇੱਥੋਂ ਸਾਰੇ ਪੰਜਾਬ ਦੀ ਵੀ ਆਪਾਂ ਲੜਾਈ ਲੜਨੀ। ਜਿਹੜੇ 3 ਰੋਡ ਜਿਹੜੇ ਆ ਨੈਸ਼ਨਲ ਹਾਈਵੇ ਅਥਾਰਟੀ ਨੇ ਇੱਥੇ ਅਕਵਾਇਰ ਕੀਤੀਆਂ ਜ਼ਮੀਨਾਂ ਉਹ ਨਿਕਲ ਰਹੇ ਆ, ਜਿਵੇਂ ਬਿਆਸ ਟੂ ਕਰਤਾਰਪੁਰ ਸਾਹਿਬ ਆ ਅਤੇ ਉਨਾ ਟੂ ਅੰਮ੍ਰਿਤਸਰ ਅਤੇ ਬੰਬੇ ਟੂ ਕਟੜਾ। ਇਹ ਰੋਡਾਂ ਦਾ ਜਿਹੜਾ ਮੁਆਵਜ਼ਾ ਵਾ ਉਹ ਇੱਕ ਸਾਲ ਨਹੀਂ ਦਿੱਤਾ ਗਿਆ ਰੇਟ ਜਿਹੜਾ ਵਾ। ਇਹਦੇ ਨਾਲ ਸਾਡੀਆਂ ਹੋਰ ਰੋਡ ਦੇ ਸੰਬੰਧਿਤ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਉਹ ਅਜੇ ਤੱਕ ਹੱਲ ਨਹੀਂ ਹੋਇਆ। ਵੱਖ ਵੱਖ ਸੰਬੰਧਿਤ ਅਧਿਕਾਰੀਆਂ ਨੂੰ ਆਪਾਂ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ ਅਥਾਰਟੀ ਜਿਹੜੀ ਆ ਸਰਕਾਰਾਂ ਦਾ ਦਬਾਅ ਪਾ ਕੇ ਕਬਜ਼ੇ ਲੈਣ ਜ਼ਰੂਰ ਆਉਂਦੀਆਂ ਵੱਖ ਵੱਖ ਸਮੇਂ 'ਤੇ ਉਹ ਮੋੜੀਆਂ ਵੀ ਜਥੇਬੰਦੀ ਦੇ ਤੌਰ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ, ਪਰ ਹੱਲ ਵਾਲੇ ਪਾਸੇ ਜਿਹੜਾ ਉਹ ਕੋਈ ਨਹੀਂ ਅਜੇ ਤੱਕ ਜਿਹੜਾ ਉਹ ਸੋਚਿਆ ਗਿਆ, ਨਾ ਕੋਈ ਗੱਲਬਾਤ ਸਾਡੇ ਆਗੂਆਂ ਨਾਲ ਕੀਤੀ ਗਈ ਆ। ਦੂਜਾ ਇੱਥੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਗੰਨੇ ਦਾ ਜਿਹੜਾ ਮਸਲਾ ਵਾ ਬਹੁਤ ਉੱਭਰਿਆ ਵਾ ਕਿਉਂਕਿ ਬਹੁਤ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਉਹ ਆ ਰਹੀਆਂ। ਉਹਦੇ ਵਿੱਚ 380 ਰੁਪਈਏ ਰੇਟ ਜਿਹੜਾ ਗੰਨੇ ਦਾ ਕੀਤਾ ਉਹਦੇ ਵਿੱਚ 330 ਰੁਪਈਏ ਦੇ ਪਾ ਰਹੇ ਪਰਚੀ ਦੇ ਮੁਤਾਬਕ, ਪਰ ਜਿਹੜੇ ਉਤਲੇ 50 ਰੁਪਈਏ ਆ ਉਹ ਖੱਜਲ ਖੁਆਰੀ ਕਰਨ ਵਾਸਤੇ ਉਹ ਅਲੱਗ ਪਾਉਣ ਨੂੰ ਕਹਿ ਰਹੇ ਆ। ਸਾਡੀ ਮੰਗ ਆ ਕਿ 380 ਰੁਪਈਏ ਜਿਹੜੇ ਆ ਉਹ ਪੂਰੇ ਪਰਚੀ ਦੇ ਤੌਰ 'ਤੇ ਨਾਲ ਪਾਏ ਜਾਣ। ਉਹਦਾ ਜਿਹੜਾ ਕੈਲੰਡਰ ਆ ਉਹ ਸਹੀ ਤਰੀਕੇ ਨਾਲ ਜਿਹੜਾ ਉਹ ਨਹੀਂ ਗਾ ਚੱਲਦਾ। ਬਾਹਰੋਂ ਗੰਨਾ ਸਸਤਾ ਲਿਆ ਕੇ ਦੂਜੀਆਂ ਸਟੇਟਾਂ ਵਿੱਚੋਂ ਜਿੰਨਾ ਹਿਮਾਚਲ ਅਤੇ ਹਰਿਆਣੇ ਵਿੱਚ ਯੂਪੀ ਵਿੱਚੋਂ ਇੱਧਰੋਂ ਗੰਨਾ ਲਿਆ ਕੇ ਸਸਤਾ 280 ਰੁਪਈਏ ਨੂੰ, ਅਤੇ ਉਹ ਜਿਹੜੀਆਂ ਮਿੱਲਾਂ ਜਿਹੜੀਆਂ ਉਹ ਪੀੜ ਰਹੀਆਂ। ਇੱਥੋਂ ਦੇ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਹੋ ਰਹੇ ਆ।
ਹਰ ਇੱਕ ਕਿਸਾਨ ਨੂੰ ਲੱਗਾ ਮੇਰੀ ਫਸਲ ਜਿਹੜੀ ਉਹ ਟਾਈਮ ਨਾਲ ਸੁੱਕੀ ਜਾਵੇ, ਟਾਈਮ ਨਾਲ ਮੇਰੇ ਪੈਸੇ ਮਿਲ ਜਾਣ, ਅਤੇ ਮੈਂ ਹੋਰ ਜਿਹੜੀ ਨਾਲ ਬਦਲਵੀਂ ਫਸਲ ਜਿਹੜੀ ਉਹ ਬੀਜ ਕੇ ਆਪਣੀ ਉਪਜ ਜਿਹੜੀ ਵੱਧ ਕਰਕੇ ਅਤੇ ਘਰ ਦਾ ਆਰਥਿਕ ਗੁਜ਼ਾਰਾ ਚਲਾ ਸਕਾਂ। ਉਹਦੇ ਵਿੱਚ ਜਿਹੜੀ ਆ ਪੇਮੈਂਟ ਆ 14 ਦਿਨਾਂ ਬਾਅਦ ਹਾਈ ਕੋਰਟ ਦੇ ਫੈਸਲੇ ਮੁਤਾਬਕ ਜਿਹੜੀ ਉਹ ਗੰਨੇ ਦੀ ਪਰਚੀ ਦੀ ਪੈਣੀ ਚਾਹੀਦੀ ਆ। ਇਹ ਸਭ ਕੁਝ ਇੱਥੇ ਨਿੰਘਾ ਹੋ ਰਿਹਾ। ਅਸੀਂ ਕਹਿੰਦੇ ਵੀ ਜਿਹੜੀ ਗੰਨੇ ਦੀ ਪੇਮੈਂਟ ਆ ਪਰਚੀ ਦੀ ਉਹ 14 ਦਿਨਾਂ ਬਾਅਦ ਜਿਹੜੀ ਹਾਈ ਕੋਰਟ ਦਾ ਫੈਸਲਾ ਉਹਦੇ ਮੁਤਾਬਕ ਪੈਣੀ ਚਾਹੀਦੀ ਆ। ਅਤੇ ਹਾਂਜੀ, ਰਾਤ SSP ਸਾਹਿਬ ਆਏ ਆ, SDM ਸਾਹਿਬ ਵੀ ਆਏ ਆ, ਅਤੇ ਦਿੰਦੇ ਆ, ਵਿਸ਼ਵਾਸ ਦਿੰਦੇ ਆ, ਪਰ ਵਿਸ਼ਵਾਸ ਦੇਣ ਨਾਲ ਗੱਲ ਨਹੀਂ ਬਣਦੀ। ਪਹਿਲਾਂ ਬਹੁਤ ਵਾਰ ਵਿਸ਼ਵਾਸ ਦੇ ਕੇ ਸਾਡੇ ਧਰਨੇ ਠਾਏ ਗਏ ਆ। ਅਸੀਂ ਕਹਿੰਦੇ ਕੁਛ ਨਾ ਕੁਛ ਸਾਨੂੰ ਜਿਹੜਾ ਉਹ ਕਰਕੇ ਵਿਖਾਓ ਅਤੇ ਆਪਾਂ ਇੱਥੋਂ ਉੱਠ ਪਾਂਗੇ। ਸਾਡੀ ਕੋਈ ਮੁੱਛ ਦਾ ਸਵਾਲ ਨਹੀਂ ਆ, ਅਣਖ ਦਾ ਸਵਾਲ ਨਹੀਂ ਆ ਕਿ ਇੰਨੀ ਠੰਡ ਦੇ ਵਿੱਚ ਆਪਾਂ ਜਿਹੜੀਆਂ ਰੇਲਾਂ ਦੇ ਉੱਤੇ ਜਿਹੜੇ ਗਾਰਡਨਾਂ ਦੇ ਉੱਤੇ ਬਹੀਏ, ਇੰਨੀ ਸੰਗਤ ਜਿਹੜੀ ਆ ਠੰਡ ਦੇ ਵਿੱਚ ਇੱਥੇ ਠਹਿਰੀਏ। ਕੋਈ ਮਸਲੇ ਦਾ ਹੱਲ ਜਿਹੜਾ ਵਾ ਉਹ ਨਿਕਲਣਾ ਚਾਹੀਦਾ। ਇਸ ਕਰਕੇ ਇਹ ਕਹਿੰਦੇ ਹਾਂ ਵੀ ਜਿਹੜੀਆਂ ਅਸੀਂ ਮੰਗ ਪੱਤਰ ਦਿੱਤੇ ਆ ਉਹਨਾਂ 'ਤੇ ਵਿਚਾਰ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਜਾਣ। ਨਹੀਂ ਮੰਗਾਂ ਪੂਰੀਆਂ ਹੁੰਦੀਆਂ ਤਾਂ ਧਰਨਾ ਜਿਹੜਾ ਲੰਮਾ ਬਟਾਲਾ ਰੇਲਵੇ ਸਟੇਸ਼ਨ 'ਤੇ ਇੱਦਾਂ ਹੀ ਜਾਮ ਰੱਖ। ਆ ਦੇਖੋ ਜਿਹੜਾ ਬਟਾਲਾ ਰੇਲ ਟਰੈਕ ਹੈ, ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸੀਗਾ, ਜਿਹਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜਿਹੜਾ ਊਨਾ ਅੰਮ੍ਰਿਤਸਰ ਐਕਸਪ੍ਰੈਸ ਵੇ ਜਾਂ ਜੰਮੂ ਕਟੜਾ ਵੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਰਿਕੁਆਇਰ ਹੋ ਰਹੀਆਂ ਉਹਨਾਂ ਦਾ ਇਕਸਾਰ ਅਤੇ ਯੋਗ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ, ਉਹਦੀ ਮੁੱਖ ਮੰਗ ਹੈਗੀ ਆ। ਸੈਕਿੰਡ, ਗੰਨੇ ਦਾ ਬਕਾਇਆ ਅੱਜ ਲਗਭਗ ਕਹਿ ਸਕਦੇ ਜਿਹੜੀ ਰਿਪੋਰਟਾਂ ਲਈਆਂ 40 ਦਿਨ ਲੰਘ ਗਏ, 14 ਦਿਨਾਂ ਬਾਅਦ ਦੇਣਾ ਹੁੰਦਾ, ਉਹ ਬਕਾਏ ਵੀ ਨਹੀਂ ਮਿਲੇ ਹੈਗੇ। ਉਹਦੇ 'ਤੇ ਵੀ ਗੱਲਬਾਤ ਹੋਈ ਆ ਦੋ ਦੌਰ ਦੀ ਉਹਨਾਂ ਦੇ ਨਾਲ। ਇਹਦੇ ਨਾਲ ਜਿਹੜੇ ਸ਼ਹੀਦ ਪਰਿਵਾਰ ਆ ਬਟਾਲੇ ਨਾਲ ਜਾਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਨਾਲ ਜੁੜੇ ਹੋਏ ਉਹਨਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦਾ ਸਵਾਲ ਵੀ ਹੈਗਾ। ਜਿਵੇਂ ਤੁਸੀਂ ਮਸਾਨੀਆਂ ਪੋਲਟਰੀ ਫਾਰਮ ਦਾ ਤੁਸੀਂ ਪਹਿਲਾਂ ਸੁਣਿਆ ਆ, ਉਹ ਨਿਯਮਾਂ ਦੇ ਉਲਟ ਲੱਗਾ। ਕੱਲ੍ਹ ਇਹਨਾਂ ਨੇ ਨੋਟਿਸ ਕਰ ਲਿਆ ਤਾਂ ਉਹਨੇ ਕਹਿੰਦੇ ਵੀ ਅੱਜ ਅਸੀਂ ਉਹਨੂੰ ਬੰਦ ਕਰਵਾਵਾਂਗੇ ਕਿ ਉਹ ਪ੍ਰਦੂਸ਼ਣ ਫੈਲਾ ਰਿਹਾ ਇਲਾਕੇ ਦੇ ਵਿੱਚ। ਉਹ ਮੰਗਾਂ ਅਤੇ ਉਹ ਹਸਬੇ ਮਬੂਲ ਸਾਡਾ ਹਵਾ ਪਾਣੀ ਸਾਫ਼ ਵਾਲਾ ਮੁੱਦਾ, ਨਸ਼ਾਬੰਦੀ ਵਾਲਾ ਮੁੱਦਾ, ਰੁਜ਼ਗਾਰ ਕਿਸਾਨ ਦਿੱਤਾ ਜਾਵੇ, ਜਿਵੇਂ ਅਸੀਂ ਪ੍ਰਚਾਰ ਵਜੋਂ ਕਿਸਾਨਾਂ ਦੀ MSP ਗਰੰਟੀ ਕਾਨੂੰਨ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਹਾਂ। ਇਹ ਮੰਗਾਂ ਸੀ, ਅਸੀਂ ਪੰਜਾਬ ਸਰਕਾਰ ਨੂੰ ਇਹੀ ਕਿਹਾ ਵੀ ਜਿਹੜੀਆਂ ਤੁਹਾਡੇ ਵਾਲੀਆਂ ਤੁਸੀਂ ਹੱਲ ਕਰ ਦਿਓ, ਬਾਕੀ ਸੈਂਟਰ ਨਾਲ ਅਸੀਂ ਅੱਡ ਕਰ ਲਾਂਗੇ, ਜਾਂ ਜਿਹੜੀਆਂ ਵੱਡੀਆਂ ਪੰਜਾਬ ਦੀਆਂ ਮੰਗਾਂ ਉਹਨਾਂ ਲਈ ਕੋਈ ਮੀਟਿੰਗ ਵੀ ਕੱਢੀ ਜਾ ਸਕਦੀ ਆ, ਉਹਦਾ ਕੋਈ ਹੱਲ ਕੀਤਾ ਜਾ ਸਕਦਾ। ਸੋ ਇਸ ਕਰਕੇ ਇਹ ਬਟਾਲਾ ਅਸੀਂ ਰੇਲ ਟਰੈਕ ਲਗਾਤਾਰ ਜਾਮ ਨਹੀਂ ਕਰਨਾ ਚਾਹੁੰਦੇ, ਮਜਬੂਰੀ ਆ। ਅਸੀਂ ਤਾਂ ਕਹਿੰਦੇ ਹੁਣ ਸਾਡੇ ਨਾਲ ਮਸਲਾ ਹੱਲ ਕਰ ਦਿਓ, ਲੱਗੇ ਹੋਏ ਪ੍ਰਸ਼ਾਸਨ ਵਾਲੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਦੇ ਹਾਂ, ਜੇ ਉਹ ਕਰ ਦੇਣਗੇ ਤਾਂ ਮਸਲਿਆਂ ਦਾ ਹੱਲ ਵੀ ਹੋ ਸਕਦਾ। ਹਾਂ, 2 ਵਾਰੀ ਸਾਰੇ IG ਸਾਹਿਬਾਨ ਨਾਲ ਵੀ ਗੱਲਬਾਤ ਹੋਈ, DC ਗੁਰਦਾਸਪੁਰ ਨਾਲ ਵੀ ਗੱਲਬਾਤ ਹੋਈ, ਉਹ ਕਹਿੰਦੇ ਵੀ ਸਾਡੇ ਮਸਲਿਆਂ ਲਈ ਅੱਜ ਚੰਡੀਗੜ੍ਹ ਗਏ ਹੋਏ ਆ ਜਿਹੜੇ ਆਰਬਿਟ੍ਰੇਸ਼ਨ ਦੇ ਅਧਿਕਾਰੀ ਆ ਜਾਂ ਚੰਡੀਗੜ੍ਹ ਦੇ ਮਹਿਕਮੇ ਦੇ। ਅੱਜ 9 ਵਜੇ ਕਹਿੰਦੇ ਮੈਂ ਮੀਟਿੰਗ ਕਰਕੇ ਤੁਹਾਡੇ ਮਸਲਿਆਂ 'ਤੇ ਜਾ ਰਿਹਾ ਵੀ ਇਹ ਜਿਹੜੀਆਂ ਰਿਕੁਆਇਰ ਕੀਤੀਆਂ ਜ਼ਮੀਨਾਂ ਇਹਨਾਂ ਦਾ ਯੋਗ ਮੁਆਵਜ਼ਾ ਦਿੱਤਾ ਜਾ ਸਕੇ। ਇਹਦੇ ਨਾਲ 2 ਵਾਰੀ SSP ਇੱਥੇ ਆਉਂਦੇ ਅਤੇ SDM ਸਾਹਿਬਾਨ ਨਾਲ ਗੱਲਬਾਤ ਹੋਈ, ਉਹਨਾਂ ਨੇ ਵੀ ਕੁਛ ਗੱਲਾਂ ਜਿਹੜੀਆਂ ਉਹਦਾ ਜਵਾਬ ਦਿੱਤੇ ਆ। ਕੁਛ ਜਿਹੜੀਆਂ ਸਾਡੀਆਂ ਰਹਿੰਦੀਆਂ ਡਿਮਾਂਡਾਂ ਸੀ, ਹੁਣ ਦੇਖੋ ਅਸੀਂ ਰੇਲ ਟਰੈਕ ਜੇ ਇਹਦਾ ਕੋਈ ਫਾਇਦਾ ਹੋ ਗਿਆ ਵੀ ਜਿੰਨੀਆਂ ਪੰਜਾਬ ਦੀਆਂ ਮਿੱਲਾਂ ਉਹਨਾਂ ਦਾ ਕੱਲ੍ਹ ਗੰਨੇ ਦਾ ਕੈਲੰਡਰ ਬਣਿਆ, ਉਹਦੀਆਂ ਸਾਡੇ ਕੋਲ ਆ ਗਈਆਂ ਵਾ। ਇਹ ਕੈਲੰਡਰ ਜੇ ਅਸੀਂ ਨਾ ਬਣਦੇ ਤਾਂ ਕੈਲੰਡਰ ਨਹੀਂ ਸੀ ਬਣਨਾ। ਉਹਦਾ ਬਣਦਾ ਫਾਇਦਾ ਵੀ ਜਿਹੜੇ ਇੱਥੋਂ ਦੇ ਲੋਕਲ ਕਿਸਾਨ ਆ ਉਹਨਾਂ ਦਾ ਗੰਨਾ ਪਹਿਲ ਦੇ ਆਧਾਰ 'ਤੇ, ਜਿਹਨਾਂ ਦਾ ਬਾਂਡ ਹੋਇਆ ਉਹ ਪਹਿਲ ਦੇ ਆਧਾਰ 'ਤੇ ਜਾਊਗਾ, ਨਹੀਂ ਤਾਂ ਆਊਟ ਬਾਹਰੋਂ ਗੰਨਾ ਮੰਗਾ ਕੇ ਪੜਾਈ ਕਰ ਰਹੇ ਸੀ। ਕਿਉਂ ਨੀ, ਕੇਂਦਰ ਵਾਲੀਆਂ ਮੰਗਾਂ ਵਾਸਤੇ ਸਾਂਝਾ ਅੰਦੋਲਨ ਚੱਲੂਗਾ, ਔਰ ਆਰ ਪਾਰ ਦੀ ਲੜਾਈ ਲੜਨ ਦੀ ਲੋੜ ਆ ਤੇ ਅਸੀਂ ਲੜਾਂਗੇ। 2024 ਆ ਰਿਹਾ ਵਾ, ਬਹੁਤ ਵੱਡਾ ਸੰਘਰਸ਼ ਮੋਦੀ ਸਰਕਾਰ ਦੇ ਖਿਲਾਫ ਖੁੱਲ ਆਉਣ ਵਾਲੇ ਸਮੇਂ 'ਚ ਹੋਊਗਾ, ਤੁਸੀਂ ਦੇਖੋ। अमृतसर से पठानकोट की जो ट्रेनें चल रही है वो यहाँ नहीं आ रही है किसान धरना की वजह से। बाकी जो दिल्ली रूट की गाड़ियाँ हैं वो जलंधर कैंट के वाया रास्ते निकल रही है। तो कितनी ट्रेनें रोजाना इस ट्रैक से निकलती हैं? रोजाना कोई निकल जाती है। स्टेशन मास्टर संजीव ने बताया कि किसानों ने इस धरने कारण पठानकोट अमृतसर रूट से चलने वाली ट्रेनें रद्द की गई हैं, दिल्ली जाने वाली ट्रेनों ਵਾਇਆ ਪਠਾਨਕੋਟ ਜਲੰਧਰ ਚਲਾਇਆ ਜਾ ਰਿਹਾ ਹੈ। ਇਸ ਟਰੈਕ ਦੇ ਜਾਮ ਹੋਣ ਨਾਲ 22 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।